ਕਰਦੇ ਆ ਤੁਹਾਡਾ ਪੰਗੂ ਵਲੌਗ ਦੇ ਵਿੱਚ। ਟਾਈਮ ਹੋ ਗਿਆ 10:30 ਤੇ ਵਲੌਗ ਅਪਲੋਡ ਨਹੀਂ ਹੋ ਰਿਹਾ, ਪਤਾ ਨਹੀਂ ਕਿਆ ਚੱਕਰ ਪੈ ਗਿਆ ਤੇ ਕਾਰ ਵੀ ਆ ਰਹੀ ਆ ਕਿਉਂ ਇਧਰੋਂ ਤਾਂ ਕਲੀਅਰ ਆ ਕੁੰਡੀ ਇੱਧਰ ਦੇਖ ਕੁੰਡੀ ਦੇਖਦਾ ਨਹੀਂ ਇੱਧਰ ਤੇ ਤੁਰਦੇ ਆਪਾਂ ਅਦੇ ਆ ਟਾਇਟ ਹੋ ਗਿਆ ਟਾਇਟ ਕੰਮ दारू भी मिर्दा शर्मा जी भज गया आ गया था गड्डी किन्नी इधर सुनो जरा हां तू दस सवेरे क्या रात क्या कहना था मैं यो कह रहा था भाई बीमारी चल गई बड़ी बुरी फिर हां रबना रबने न्याणे का ख्याल रखना हां जो बात सही है सही जिन्ना अब कहंदे भी दवा दे परहेज जरूरी है हां लक्षण हले पता नहीं लगे दिल्ली पकड़ा गया एक बंदा कहने का मतलब वीर दा भी परहेज सब तो ज्यादा जरूरी आ ਬਾਅਦ ਚ ਪਛਤਾਏ ਦੇ ਕੁਝ ਨਹੀਂ ਬਣਦਾ ਮੇਰਾ ਜੋੜੀਦਾਰ ਚਲੇ ਗਿਆ ਵਿਚਾਰਾ ਬਿੰਦਰ ਕਰੋਨਾ ਵਿੱਚ ਗਿਆ ਹਾਂ ਬਿੰਦਰ ਆਪਣਾ ਜੋੜੀਦਾਰ ਹਾਂ ਹਾਂ ਮੈਂ ਤਿੰਨ ਕੁੜੀਆਂ ਵਿਚਾਰੇ ਵਿੱਚ ਹੁੰਦਾ ਹਾਂ ਅਲੀ ਉਮਰ ਕਿੰਨੀ ਦੀ 40 ਸਾਲ ਦਾ ਵੀ ਦਾ ਭਾਈ ਆਪਣਾ ਬਚਾਅ ਰੱਖੋ ਔਰ ਕਿਉਂ ਆਪਣਾ ਭਾਈ ਹੱਥ ਜੋੜ ਕੇ ਬੇਨਤੀ ਹੈ ਹਾਂ ਬਾਕੀ ਦੇ ਮਜ਼ਾਕ ਆਪਾਂ ਨਾ ਕਰਦੇ ਰਹਨੇ ਹਾਂ ਲੈ ਦੀ ਗੱਲ ਆ ਹਾਂ ਇਹਦਾ ਭਾਈ ਸੀਰੀਅਸ ਗੱਲ ਆ रहो, बाद रहो, हंसते खेलते रहो, चाहे हमारे पहले रहो, चाहे हमारे बाद रहो। चलो हम चलते हैं अब। ठीक है नहीं? पिपरा कोट भी ये तो है क्या 9 किलोमीटर। आज सानू दही चूड़ा खाएंगे। क्या खिलाएंगे? दही चूड़ा। दही चूड़ा के दही चूरा? चूड़ा खाएंगे चूड़ा। चूड़ा। ठीक है चल। बोली मैंने अपनी बोली में फर्क है ना। हाँ। दही चूड़ा ही है। चलो फिर चलिए टाइम हो गया 1 बजने वाला मोगे वाला के होटल से रुके हाँ इतने रोटी रोटी खाधी आ पहला लाया हुआ सी ब्लॉग अपलोड होने इस करके वीडियो बनी नहीं तो वीर मिले आपको और इधरों गड्डी भर के आया भाई अपना अगरतले तो रबड़ तो ਉਹ ਬਾਈ ਵੀ ਨਾਲ ਉਹ ਬਾਈ ਦਾ ਕਹਿਣਾ ਮੋਨੂ ਤੇ ਇੱਧਰ ਹਮਾਰੇ ਰਾਜਾ ਜੀ ਪਰਸੀਨਾ ਪਰਸੀਨਾ ਹੋ ਗਏ ਰੋਟੀ ਰੋਟੀ ਖਾਂਦੇ ਹੋਏ ਪਰਸੀਨਾ ਬਹੁਤ ਆਉਂਦਾ ਹੈ ਮਿਰਚਾਂ ਜ਼ਿਆਦਾ ਮਿਰਚਾਂ ਜ਼ਿਆਦਾ ਚਟਨੀ ਨਹੀਂ ਚਟਨੀ ਜ਼ਰੂਰ ਖਾਣੀ ਦੀ ਤੈ ਮੈਂ ਤਾਂ ਲਾਈ ਹੋਣੀ ਇੱਕ ਬਰਕੀ ਵੀ ਨਹੀਂ ਲਾਈ ਮੈਂ ਤਾਂ ਚਟਨੀ ਤੇ ਆ ਤੇਰਾ ਕ ਲਣੇਦਾਰਨੀ ਦਾ ਫੋਨ ਆ ਗਿਆ ਵਿੱਚ ਪਹਿਲਾਂ ਲਣੇਦਾਰਨੀ ਦਾ ਫੋਨ ਜ਼ਰੂਰੀ ਆ ਪਹਿਲਾਂ ਹਾਂ ਇਹ ਵੀ ਰੋਟੀ ਪਾਣੀ ਛਕ ਲਿਆ ਆਪਾਂ ਤੇ ਹੁਣ ਬਾਈਆਂ ਨੇ ਜਾਣਾ ਇੱਧਰ ਨੂੰ ਤੇ ਆਪਾਂ ਜਾਣਾ ਇੱਧਰ ਨੂੰ ਬਾਈ ਰਹਿੰਦੇ ਆ ਉੱਥੇ ਯੂਪੀ 'ਚ ਮੇਰਠ ਉੱਦਾਂ ਉਹ ਬਰਨਾਲੇ ਦੇ ਆ ਜਿਹੜਾ ਪੰਜਾਬ 'ਚ ਹਨਾ ਉੱਥੇ ਦੇ ਆ ਤੇ ਹੁਣ ਰੋਟੀ ਪਾਣੀ ਖਾ ਕੇ ਬਾਈਆਂ ਕੋਲ ਭਰੀ ਵੀ ਆ ਰਾਬੜ ਫਰੀਦਾਬਾਦ ਦੀ ਤੇ ਉੱਧਰ ਸੋਨੂੰ ਆ ਰਿਹਾ ਕਿਉਂ ਸੋਨੂੰ ਵੀ ਮਿਲ ਲਿਆ ਪਹੁੰਚ ਗਿਆ ਸੀਗਾ ਗੋਰਖਪੁਰ ਪਾਰ ਕਰ ਲਿਆ ਉਹਨੇ ਹਾਂ ਤੇ 12 ਡੇਰੀ ਗੱਡੀ ਹੈ ਕਿਹੜੀ ਹੈ ਸਾਡੀ ਗੱਡੀ ਹੈ ਅੱਛਾ ਇੱਧਰ ਹੀ ਲਿਆਏ ਗੱਡੀ ਨੂੰ ਆਹ ਦਿੱਲੀ ਨੰਬਰ ਆ ਕਿੰਨਾ ਸਾਡਾ 5597 DGDL ਨੰਬਰ ਆ ਇਹ ਚੱਲਦੀ ਲਈ ਸੀ ਗੱਡੀ ਅੱਛਾ ਮਤਲਬ ਹੋਰ ਕਹੇ ਦੀ ਗੱਡੀ ਦਿੱਲੀ ਦੀ ਹੈ
ਆ ਮੇਰਟ ਸਾਨੂੰ ਲਾ ਕੇ ਪੈਂਦਾ ਹਨਾ ਦਿੱਲੀ ਤੋਂ ਕਿੰਨੇ ਕੁ ਕਿਲੋਮੀਟਰ ਦਾ 40-50 ਕਿਲੋਮੀਟਰ ਆਉਣਾ ਮੇਰਟ ਬਾਰਡਰ 50 ਰਹਿ ਜਾਂਦਾ ਸਾਨੂੰ ਤੂੰ ਵੀ ਉੱਥੇ ਰਹਿਣਾ ਅਸਾਂ ਘਰੀ ਨਹੀਂ ਅੱਛਾ ਇਹ ਬਾਈ ਘੁੰਮਣ ਆਇਆ ਵਾ ਬਾਈ ਨਾਲ ਗੱਡੀ ਪਾਣੀ ਆਉਣੀ ਹੈ ਅੱਛਾ ਨਜ਼ਾਰੇ ਲੰਨਾ ਫਿਰਦਾ ਹੈ ਤੇ ਰਾਜਾ ਸਾਹਿਬ ਜੀ ਕਰ ਰਹੇ ਆ ਗੱਲਾਂ ਬਾਤਾਂ ਤੇ ਚੱਲਦੇ ਆ ਹੁਣ ਚਲੋ ਠੀਕ ਆ ਫਿਰ ਵੀਰੇ ਓਕੇ ਰਿਪੋਰਟਾਂ ਹੈ ਵਧੀਆ ਲੱਗਿਆ ਮਿਲ ਕੇ ਚੰਗਾ ਚੱਲ ਪਏ ਆਪਾਂ ਦੇਖੀ ਕਾਰ ਤੇ ਹੁਣ ਪਵਾਨੇ ਚੱਲ ਕੇ ਆਪਾਂ ਯੂਰੀਆ ਕਿਉਂ ਰਾਜਾ ਬਾਬੂ ਉਹਦੇ ਪੁੱਛਦੇ ਆ ਕਿਆ ਰੇਟ ਆ ਉਹ ਤਾਂ ਸਾਲਾ 57 ਰੁਪਈਏ ਕਹਿੰਦਾ ਨਾ 70 ਰੁਪਈਏ ਹੈਂ ਗੱਡੀਆਂ ਲੁੱਟ ਰਹੇ ਤੇ ਕਿੱਥੇ ਅੱਛਾ ਅੱਛਾ ਜਿਹੜੀ ਉਹ ਗੱਲ ਕਹਿ ਰਹਾ ਵੀ ਕੁੜੀਆਂ ਖੜੀ ਦੀਆਂ ਆਹ ਕੰਮ ਵੀ ਹੋ ਜਾਂਦਾ ਬਾਈ ਔਰ ਕੁੜੀਆਂ ਖੜੀਆਂ ਹੁੰਦੀਆਂ ਟਾਰਚਾਂ ਮਾਰਦੀਆਂ ਬੰਦਾ ਰੁਕ ਜਾਂਦਾ ਬਸ ਬਾਬੇਰ ਤਾਂ ਰੋਕ ਹੀ ਲੈਂਦੇ ਹਾਂ ਉਹ ਗਾਨੇ ਪੁੱਤ ਹੈ ਡਰਾਈਵਰ ਨੂੰ ਫੜ ਕੇ ਇੱਧਰ ਨੂੰ ਲੈ ਜਾਂਦੇ ਹਾਂ ਕਨਾਈਟਰ ਨੂੰ ਇੱਧਰ ਨੂੰ ਪੈਸੇ ਪੂਸੇ ਖੋ ਕੇ ਅੰਦਰ ਦੇ ਗੱਡੀ ਵੀ ਸਾਫ਼ ਪੂਰੀ ਸਭ ਕੁਛ ਚੱਕ ਲੈ ਜਾਂਦੇ ਹਾਂ ਫਿਰ ਨਾ ਰੁਕੇ ਕਰੋ ਵੀਰੇ ਪਿੱਛੇ ਵੀ ਨਹੀਂ ਛੱਡਦੇ ਰਾਜਾ ਕਹਿੰਦਾ ਕਹਿੰਦਾ ਕੱਛੇ ਵੀ ਨਹੀਂ ਛੱਡਦੇ ਆਉਣਾ ਦੇਖ ਕੇ ਹਨਾ ਮੇਰੇ ਆਪਣਾ ਰੁਕੋ ਹੀ ਨਾ ਏਰੀਏ ਚ ਇਹ ਆਪਣਾ ਮੁਜ਼ੱਫਰਪੁਰ ਦਾ ਏਰੀਆ ਹਾਂ ਤੇ ਉੱਧਰ ਦਰਭੰਗਾ ਵਾਲੇ ਉਹਦੇ ਪਰ ਰੋਡ ਪਰ ਜਦ ਆਪਾਂ ਮੁੜ ਜਾਂਦੇ ਹਾਂ ਮੁਜ਼ੱਫਰਪੁਰ ਤੋਂ ਮੈਂ ਕਹਿੰਦਾ ਗੱਡੀ ਉਹ ਨਾ ਰੋਕੇ ਰਾਤ ਨੂੰ ਤਾਂ ਕਿਤੇ ਟਿਕਾਣੇ ਪਰ ਰੋਕੇ ਆਉਣਾ ਹੋਟਲ ਹਾਟਲ ਦੇਖ ਕੇ ਵਧੀਆ ਪੱਕਾ ਜਿੱਥੇ ਗੱਡੀਆਂ ਖੜੀਆਂ ਹੋਣ ਟਾਈਮ ਹੋ ਗਿਆ 2:07 ਤੇ ਇਹਦੇ ਪਰ ਦਰਭੰਗੇ ਵਾਲੇ ਰੋਡ ਤੇ ਮੁੜ ਗਏ ਆਪਾਂ ਤੇ ਉੱਥੋਂ ਪਿੱਛੇ ਦਾ ਯੂਰੀਆ ਮਿਲਿਆ ਨੀ ਕਿਉਂਕਿ ਅੰਦਰ ਬਾਹਰ ਟੈਂਕੀਆਂ ਪਈਆਂ ਸੀਗੀਆਂ ਗੱਡੀ ਲਾਈ ਤੇ ਉਹ ਕਹਿੰਦੇ ਬਾਈ ਯੂਰੀਆ ਤਾਂ ਹੈ ਨੀ ਨਾ ਖੁੱਲਾ ਨਾ ਬਾਲਟੀ ਵਾਲਾ ਤੇ ਹੁਣ ਅੱਗੇ ਆਉਂਦੀ ਹੈ ਏਜੰਸੀ ਉੱਥੇ ਪਤਾ ਕਰਦੇ ਆ ਪੈਸੇ ਲੈ ਕੇ ਤਾਂ ਬਹੁਤ ਜ਼ਿਆਦਾ 3-4 ਵਾਰ ਗਿਆ ਮੈਂ ਕਿਹਾ ਯੂਰੀਆ ਹੈ ਚੁੱਪ ਉਹ ਮੈਂ ਕਿਹਾ ਯੂਰੀਆ ਦੱਸ ਦੇ ਨਹੀਂ ਹੈ ਯੂਰੀਆ ਮੈਂ ਕਿਹਾ ਇਹ ਤਾਂ ਭਰਾ ਮਾਂ ਫਿਰ ਮਾਂ ਆ ਗਿਆ ਰੇਟ ਅੱਗੇ ਹੁਣ ਔਰ ਏਜੰਸੀ ਆਉਂਦੀ ਆ ਉੱਥੇ ਪਤਾ ਕਰ ਲਾਂਗੇ ਸੁਣਾ ਕੋਈ ਗੱਲਬਾਤ ਫਿਰ ਗੱਲਬਾਤ ਹਾਂ ਯੂਰੀਆ ਪਾ ਲੈ ਜਦ ਤੁਸੀਂ ਸਵੇਰੀ ਮਤਲਬ ਜੇਲ ਮਾ ਕਿੰਨੇ ਵਜੇ ਉੱਠਦੇ ਤੇ 5 ਵਜੇ ਸਵੇਰੇ 5 ਵਜੇ ਸਭ ਤੋਂ ਪਹਿਲਾਂ ਕਿਆ ਕਰਦੇ ਤੇ ਬਾਹਰ ਜਾ ਕੇ ਅੱਛਾ ਨਹਾਓ ਨਹਾ ਕੇ ਫਿਰ 6 ਵਜੇ ਖੋਲ ਦਿੰਦੇ ਤੇ ਤੁਹਾਨੂੰ ਆਜ਼ਾਦ ਕਰ ਦਿੰਦੇ ਤੇ ਅੰਦਰ ਹੈ ਜ਼ੋਰ ਕੇ ਬੋਲ ਥੋੜ੍ਹਾ ਜਿਹਾ ਔਰ ਇਹ ਫੋਨ ਕਰੇ ਕਰਦਾ ਤਾ ਉਹਨਾਂ ਨੂੰ ਅੱਛਾ ਅੱਛਾ ਕਈ ਬੰਦੇ ਹੈਗੇ ਹਰਾਮੀ ਦੇ ਨਾ ਗਿਣਤੀ ਕਰਨ ਆਵਾਂਦੇ ਮੁਨਸ਼ੀ ਯਾਰ ਪੁਲਿਸ ਵਾਲੇ ਕਈਆਂ ਦਾ ਹਿੱਲਣਾ ਵੀ ਨੀ
ਚਾ ਫੇਰ ਦੱਸਦੇ ਹੁਣ ਪਹਿਲਾਂ ਯੂਰੀਆ ਪੁੱਛ ਕੇ ਆਈਏ ਹੁਣ ਤਾਂ ਵੀਰੇ ਸਾਰੇ ਆਹੀ ਰੇਟ ਹੋ ਗਿਆ 1575 ਇੱਥੇ ਵੀ ਤੇ ਫਿਰ ਹੁਣ ਅੱਗੇ ਹੀ ਲੈ ਲਾਂਗੇ ਜਾ ਕੇ ਹਲੇ ਇੱਕ ਬਾਲਟੀ ਦਾ ਪੈਣੀ ਵੀ ਨਹੀਂ ਆਪਣੇ ਕੋਲ ਖੁੱਲਾ ਇਹਨਾਂ ਕੋਲ ਹੈ ਨਹੀਂ ਸੀਗਾ ਤੇ ਉਹ ਬਾਲਟੀ ਖੋਲ੍ਹ ਕੇ ਫਿਰ ਉਹਨੂੰ ਸਾਂਭਦੇ ਫਿਰੀ ਜਾਵਾਂਗੇ ਅੱਗੇ ਜਾ ਕੇ ਸਿੱਧੀ ਬੁੜੀ ਦੇ ਏਰੀਏ 'ਚ ਪਵਾ ਲਾਂਗੇ ਅਤੇ ਤੂੰ ਵੀਰੇ ਕਿਆ ਕਹਿੰਦਾ ਸੀਗਾ ਵੇ ਪੰਜ ਹੌਲਦਾਰ ਉਹ ਠਾਲ ਲਾਉਂਦਾ ਸੀਗਾ ਬਾਹਰ ਕੱਢ ਕੇ ਕਿਆ ਕਰਦੇ ਤੇ ਵੀ ਪੂਰੇ ਵੀ ਹੈ ਸਜ਼ਾ ਸੁਜਾ ਤਾਂ ਨਹੀਂ ਮਿਲਦੀ ਸੀ ਨਾ ਗਿਣਤੀ ਕਾਹਦੇ ਕਰਦੇ ਤੇ ਉਹ ਅੱਛਾ ਰੋਜ਼ ਕਿੰਨੇ ਹਸਪਤਾਲ ਅੱਛਾ ਕਹਾਂ ਗਏ ਕਹਾਂ ਤੇ ਆਏ ਰੋਜ਼ ਗਿਣਤੀ ਕਰਨੀ ਪਵਾ ਇਹਨਾਂ ਨੂੰ ਕਿੱਦਾਂ ਪਹੁੰਚ ਗਏ ਰਾਜੇ ਵੀਰ ਦਰਭੰਗਾ ਪਾਰ ਕਰਕੇ ਦਰਭੰਗਾ ਪਾਰ ਕਰਕੇ ਹੈ ਦਰਭੰਗਾ ਇਹੀ ਨਿਸ਼ਾਨੀ ਹੈ ਦਰਭੰਗੇ ਦੀ ਲਾਈਨ ਲੱਗੀ ਵੀ ਹੁੰਦੀ ਹੈ ਸਟੇਸ਼ਨ ਦੀ ਵਰਨਾ ਬੰਨ ਲਿਆ ਤੇ ਹੁਣ ਅੱਗੇ ਚਾਹ ਚੂ ਪੀਨੇ ਆ ਕਿਤੇ ਪਿਲਾ ਦੇ ਚਾਹ ਮੈਂ ਲੇਟਣ ਲੱਗ ਜਾਣਾ ਉਰੀ ਚੌਲ ਖੁਸ਼ ਹੋ ਰਿਹਾ ਵੀ ਵੀਡੀਓ ਬਣਾ ਰਿਹਾ ਕਾਨਨ ਮੈਂ ਸਾਬਨ ਫਸਰ ਰਹਾ ਸਲਾ ਉੱਠ ਕੇ ਪਿੱਛੇ ਹੀ ਆ ਗਿਆ ਹੈ ਕਿਆ ਕਹਿੰਦੇ ਬਈਆ ਨਾ ਨਾ ਬੋਲਦੇ ਜਿਸ ਤਰ੍ਹਾਂ ਉਸ ਨਾਲ ਬਈਏ ਨੇ ਕਿਹਾ ਤਾ ਨਾ ਬਾਈ ਆਰ ਟੀ ਓ ਆ ਗਿਆ ਤਾ ਉਹਦੇ ਪਿੱਛੇ ਇੱਕ ਬਈਏ ਨੇ ਲੰਘ ਜਾ ਟਰ ਟਰ ਇਹ ਦੱਸੂਗਾ ਰਾਜਾ ਵੀਰ ਦੱਸ ਜਿਵੇਂ ਉਹਨੇ ਕਿਹਾ ਉਵੇਂ ਹੀ ਕੀ ਦੱਸ ਦੇ ਸਾਲੇ ਕੇ ਕਾਨਨ ਮੈਂ ਸਾਬਨ ਬਸ ਰਹੀ ਹਮਾਰੇ ਪਿੱਛੇ ਆ ਲਿਆ ਵਹੀਂ ਦੱਲੀਏ ਲੈ ਗਿਆ 500 ਰੁਪਏ ਇੱਕਣਾ ਹੀ ਬੋਲਿਆ ਤਾ ਉਹਨੇ ਤਾਂ ਗਾਲ ਵੀ ਕੱਢੀ ਤੀ ਆਪਾਂ ਨੇ ਨੀ ਕੱਢਣੀ ਹਾਂ ਹੈਗਾ ਬਈਆ ਕਿੱਥੇ ਮੈਂ ਕਿਹਾ ਇਹਦੀ ਬਈਆ ਇਹ ਯਾਰ ਹੈ ਬਿਜ਼ਨਸਮੈਨ ਆਲੂ ਮੂਲੀਆਂ ਲੈ ਕੇ ਆਹ ਕੰਦਰ ਵੀ ਬਿਠਾਈ ਵੀ ਹੈ ਟੈਂਪੂ 'ਚ ਰੋ ਕੇ ਦਈ ਬਾਈ ਨਾ ਗੱਡੀ ਫਿਰ ਆਪਣੇ ਨੇ ਉਹ ਆ ਗਈ ਸਾਹਮਣੇ ਮਠਿਆਈ ਵਾਲੀ ਦੁਕਾਨ ਉਹ ਸਾਹਮਣੇ ਟੋਲ ਆ ਉੱਧਰ ਸਪੰਜੀ ਬੜੇ ਕੰਮ ਗਏਣਗੇ ਹਾਂ ਸਪੰਜੀ ਰਸਗੁੱਲੇ ਹੈ ਕਿਆ ਖਾਣਾ ਫਿਰ ਦੱਸ ਸਪੰਜੀ ਚਲੋ ਫਿਰ ਸਪੰਜੀ ਰਸਗੁੱਲੇ ਖਾਵਾਂਗੇ ਗੱਡੀ ਗੱਡੀ ਆਪਣੀ ਆਓ ਤੇ ਚਾਹ ਪੀਵਾਂਗੇ ਆ ਗਏ ਆਪਣੇ ਰੋਸ਼ੂ ਗੁੱਲੇ ਖਾਂਦੇ ਇਹਨਾਂ ਨੂੰ ਮੁਲਾਇਮ ਪਏ ਹੈ ਨਾ ਜਮੇ ਖੋਆ ਬਣਾ ਕੇ ਰੱਖੀ ਬਾਦਸ਼ਾਹ ਪੀ ਲਈ ਚਾਹ ਪਾਣੀ ਸ਼ਾਮ ਦਾ ਟਾਈਮ ਚੱਲੀਏ ਹੁਣ ਹੈ ਨਾ
ਕੋਸੀ ਨਦੀ ਵਾਲੇ ਟੋਲ ਟੈਕਸ 'ਤੇ ਪਹੁੰਚ ਗਏ ਆਪਾਂ ਅਤੇ ਚੱਕ ਦੇ ਕੰਡਾ ਆਇਕਣਾ ਅਤੇ ਪੂਰੀ ਬਾਪੂ ਦੀ ਨਵੀਂ ਫਰਮਾਇਸ਼ ਆਈ ਹੈ ਕਹਿੰਦਾ ਬਾਈ ਉਹ ਲੈ ਕੇ ਆਈ ਲੜਾਕੂ ਮੁਰਗੇ ਹੁਣ ਲੜਾਕੂ ਮੁਰਗੇ ਲੈ ਕੇ ਜਾਣੇ ਹਾਂ ਕਹਿੰਦਾ ਫਿਰ ਮੈਂ ਖੁੱਡਾ ਬਣਵਾ ਲੈਣਾ ਉੱਥੇ ਕਹਿੰਦਾ ਕਬੂਤਰ ਲੈ ਕੇ ਆਈ ਅਗਲੀ ਵਾਰੀ ਮੈਂ ਕਿਹਾ ਬਾਪੂ ਪਹਿਲਾਂ ਖੁੱਡਾ ਬਣਵਾ ਚੱਲ ਮੁਰਗੇ ਦਾ ਲਿਆਊਂਗਾ ਮੈਂ ਕਿਹਾ ਮੈਂ ਮੁਰਗੇ ਯਾਰ ਮੁਰਗੀਆਂ ਖੁੱਡਾ ਬਣਵਾ ਲਾ ਕਹਿੰਦਾ ਚਿੰਤਾ ਨਾ ਕਰ ਕਹਿੰਦਾ ਬੜਾ ਪਿੰਜਰਾ ਬਣਵਾ ਲੈਣਾ ਮੈਂ ਕਬੂਤਰਾਂ ਜਾਊਗਾ ਅਤੇ ਉੱਥੋਂ ਲੈ ਕੇ ਜਾਵਾਂਗੇ ਆਪਾਂ ਆਪਣਾ ਉੱਥੇ ਦਾਲ ਖੋਲੇ ਹੋਟਲ ਹੈਗੇ ਕਬੂਤਰਾਂ ਵਾਲੇ ਉੱਥੇ ਮਿਲ ਜਾਂਦੇ ਹਾਂ ਅਤੇ ਤੁਹਾਨੂੰ ਦੱਸ ਰਿਹਾ ਫੋਨ ਮੈਂ ਪੁੱਛਦਾ ਉਹਨੂੰ ਕਿੱਥੇ ਪਹੁੰਚ ਗਿਆ ਫਿਰ ਦੱਸਦਾ ਤੁਹਾਨੂੰ ਭਾਈ ਟਾਈਮ ਹੋ ਗਿਆ 8:30 ਵੱਜ ਗਏ ਅਤੇ ਫਾਰਬਿਸਗੰਜ ਪਾਰ ਕਰਕੇ ਪੰਪ ਹੈ ਉਰੇ ਆਹ ਸਾਹਮਣੇ ਅਤੇ ਪੰਪ 'ਤੇ ਲਾਤੀ ਗੱਡੀ ਅਤੇ ਕੌਣ ਇਹ ਬਾਊ ਜੀ ਹੈ ਹਮਾਰੇ ਇਹਨੀ ਕਾ ਪੰਪ ਹੈ ਤੋ ਮੈਂ ਆ ਕੇ ਖੜਿਆ ਮੈਂ ਕਿਹਾ ਲੈ ਵੀ ਬਾਊ ਆ ਗਿਆ ਬੋਲਣ ਬਈ ਗੱਡੀ ਹਟਾਓ ਬਾਊ ਕਹਿੰਦਾ ਮੈਂ ਤੁਹਾਡੀ ਵੀਡੀਓ ਦੇਖਦਾ ਹੂੰ ਹੋਰ ਬਾਊ ਜੀ ਠੀਕ ਠਾਕ ਓਕੇ ਰਿਪੋਰਟ ਓਕੇ ਰਿਪੋਰਟ ਆਤੇ ਰਹੋ ਮਿਲਤੇ ਰਹੋ ਹਾਂ ਵੇ ਪਿਛਲੀ ਵਾਰ ਵੀ ਆਇਆ ਤਾਂ ਪਿਛਲੀ ਵਾਰ ਉਹ ਵਹਾਂ ਫਿਰ ਗਾੜੀ ਖੜੀ ਤੀ ਮੇਰੀ ਤੋ ਬਾਊ ਜੀ ਆਉਣੇ ਲੱਗੇ ਤੋ ਬਾਤ ਕਰਨੇ ਕੇ ਲਈ ਇਤਨੇ ਮੈਂ ਚਲੇ ਗਿਆ ਫਿਰ ਆਜ ਮੇਲ ਹੁਆ ਹੈ ਨਾ ਔਰ ਬੜੀਆ ਸਭ ਉਹ ਤੂੰ ਤਾਂ ਆ ਜਾ ਤੂੰ ਪਰਾਂ ਲੰਘ ਗਿਆ ਹੱਦ ਹੋ ਗਈ ਆਪ ਬੁਲਾ ਕੇ ਬਾਊ ਨੂੰ ਹੁਣ ਉੱਠਿਆ ਹਲੇ ਬੰਦਾ ਸਾਡਾ ਅੱਖਾਂ ਦੇਖ ਲਓ ਇਹਦੀਆਂ ਓ ਯਾਰ ਸੁੱਤੇ ਉੱਠ ਗਿਆ ਲਸਕਾਰ ਪੈ ਰਹੀ ਹੈ ਚੱਲ ਬੰਦ ਕਰ ਦਿੰਦੇ ਆ ਚਾਹ ਲੱਗੇ ਆ ਪੀਣ ਤੇ ਚਾਹ ਪੀ ਕੇ ਤੁਰਦੇ ਆ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੇ ਵਲੌਗ 'ਚ ਰੱਬ ਰਾਖਾ ਇਹ ਨਵਾਂ ਹੀ ਕਾਨੂੰਨ ਕੱਢ ਲਿਆ ਸਾਲਿਆਂ ਨੇ ਪੈਸਾ ਕੱਟ ਗਿਆ ਸਾਰਾ ਕੁਛ ਹੋ ਗਿਆ ਲਾਈਟ ਹਰੀ ਹੋ ਗਈ ਚੱਲ ਕਰ ਅੱਗੇ ਨੂੰ ਕਰ ਆਤਮਾ ਖੜਾ ਲਈਏ ਇਸ ਗਏ ਬਸ ਚੌਥੀ ਸਟੇਟ ਮੈਂ ਬਣ ਕੇ ਆ ਗਿਆ अरे अंडरलोड माला पैसा तो कट गया हमारा इसमें से वो तो कटा और नहीं कटेगा भाई एक ही बार कटता है हां आप आगे लगाओ ना कांटा होगा अरे यार ये बताओ के टोल टैक्स नहीं भैन चौदा ने फुद्दू बनाया रहे हो पेट ओवरलोड आ ਵੀ ਸਾਲਿਓ ਪੈਸੇ ਭੈਣ ਚੋਦੋ ਥੜੇ ਹੋ ਜਾ ਬਾਪ ਚੋਂ ਕੱਟ ਗਏ ਫਾਸਟੈਗ ਚੋਂ ਲਾਈਟ ਹਰੀ ਹੋ ਗਈ ਜੇ ਓਵਰਲੋਡ ਹੁੰਦਾ ਤਾਂ ਚੱਕਣਾ ਹੀ ਨਹੀਂ ਦਾ ਉਹਨੇ ਭੈਣ ਦੇ ਯਾਰ ਸਾਲੇ ਜੇ ਉਧਰ ਕੇ ਗਏ ਥੱਲੇ ਰਾਜੇ ਜੀ ਨੂੰ ਫੜਾ ਦੀਆਂ ਬੈਲਟੀਆਂ ਉਧਰ ਕਿਆ ਕਹਿੰਦਾ ਤੈਨੂੰ ਆਹ ਕਹਿ ਬੈਲਟੀਆਂ ਤੁਸੀਂ ਮੰਗ ਲੈਂਦੇ ਆ ਬੈਲਟੀਆਂ ਪਰ ਵਜਨ ਬੈਲਟੀਆਂ ਪਰ ਵਜਨ ਵੀ ਦੇਖੇ ਕਰੋ ਬੇਲਟੀਆਂ ਲੈ ਕੇ ਹੱਥ ਚ ਮਾਲ ਗਿਆ ਹੈ ਵੀ ਸਾਲੇ ਆਪਣੀ ਮਾਂ ਚ ਦੇਖੋ ਚ ਬੇਲਟੀਆਂ ਚ ਵੀ ਹੈ ਕਿਆ ਗਾ ਵਜਨ ਪੇਪਰ ਕਿਆ ਹੈ ਕਾ ਪੇਪਰ ਪੇਪਰ ਕਾਹੇ ਕਾ ਪੇਪਰ ਹੈ ਵੀ ਪੇਪਰ ਸਾਲੇ ਕਾਹਦਾ ਹੁੰਦਾ ਜਿਹੜੇ ਹੱਥਾਂ ਚ ਫੜੀ ਵੀ ਹੈ ਬੇਲਟੀਆਂ ਉਹ ਪੇਪਰ ਹੁੰਦਾ ਰੀਲ ਕਾਹੇ ਕਾ ਹੈ
पेपर का है रील, दारू पी के साले हलदा एक बार आई इधर नु करे दा कैमरा इने दा तेनु हाथ में भी फड़ा दिया ने बेल्टियां एने मैं भी ओ कटा के भी ओवरलोड की पर्ची भी दुगने ओ च कढांगे नगद ले लेने बाकी हां अभी बाकी नगद ले लूंगे ए साले थोड़े बाप हां सी असी तो उत्थे ते ही नहीं ओवरलोड पांदे 47,500 पास करता टोटल धड़ा मतलब अपना वेट जिहड़ा हुंदा सने माल सने गड्डी आपां अगले नूं पहले ही कही दा भी 47,200 रह जावे 47,500 भी पूरा नहीं करवांदे असी अगले नूं कही दा भी 3 कु क्विंटल घटे रख के इन्हां ने क्या करिया हुंदा कंडे वधाए वे हुंदे आ 2-2, 3-3 क्विंटल मान ला हूँ आप उतों 47,500 करा के आ जाने वेट है उ आके उ 47,800 हो गया 47,600 भी हो गया ना ता भी इन्होंने ओवरलोड की कट्टनी है भी सारे बेल्टियां मंग लें तुम देखने थानू आदि नहीं है भी बेल्टियां लिखा वा गया है बेल्टियां सा तो लैके पुछ भी सातों ही रहा कितना वेट है बेल्टियां मंग लें भी बहुत जने तगड़े आरटीओ होंगे साले कि पूर्णी वाला टोल टैक्स इन्हों का आई बार का ही काम है कई दिन च तो पता क्या करते हैं दिन च तो कह दें क्या माल है जो कहते पेपर है जिन्हें पहले ही तो प्यार बोलूंगे ना ये समझते हैं भी बुद्धू है तो प्यार बोलते पे आ पहले ही आकड़ दे हाँ क्या बात है बस तो फिर मूह तो झग मंगो बहने चलो आज के लिए इतना ही काफी है क्यों आओ।